ਜੇ ਅਮਰੀਕਾ ਹਾਏ ਅਮਰੀਕਾ ਕਹਿੰਦੀ ਤਾਂ ਹਾਂ ਮਾਰਦੀ ਉਹ ਬਦਨਸੀਬ ਮਾਂ ਆ ਜਿਸ ਦੇ ਜਵਾਨ ਪੁੱਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਸੁੱਤਾ ਹੀ ਰਹਿ ਗਿਆ ਇਹ ਨੌਜਵਾਨ ਪੁੱਤ ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਜਦੋਂ ਦਰਵਾਜ਼ਾ ਖੋਲਿਆ ਤੇ ਇਸ ਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਕਰੀਬ ਡੇਢ ਸਾਲ ਪਹਿਲੇ ਆਪਣੀ ਪਲੱਸ ਟੂ ਦੀ ਪੜ੍ਹਾਈ ਪੂਰੀ ਕਰਕੇ ਇਹ ਨੌਜਵਾਨ ਤੀਰਥ ਅਮਰੀਕਾ ਗਿਆ ਸੀ ਜਿੱਥੇ ਆਪਣੇ ਦੋਸਤਾਂ ਦੇ ਨਾਲ ਰਹਿੰਦਾ ਸੀ। ਦੋਸਤ ਕੰਮ ਤੇ ਗਏ ਹੋਏ ਸਨ ਅਤੇ ਤੀਰਥ ਆਪਣੇ ਕਮਰੇ ਦੇ ਵਿੱਚ ਸੁੱਤਾ ਹੋਇਆ ਸੀ। ਅਚਾਨਕ ਉਸਨੂੰ ਖੂਨ ਦੀ ਉਲਟੀ ਆਈ ਤੇ ਉਸ ਤੋਂ ਬਾਅਦ ਉਹ ਬੇਸੁੱਧ ਹੋ ਗਿਆ। ਉਸ ਦੌਰਾਨ ਕਮਰੇ ਦੇ ਵਿੱਚ ਕੋਈ ਮੌਜੂਦ ਵੀ ਨਹੀਂ ਸੀ ਤੇ ਕਮਰਾ ਅੰਦਰੋਂ ਬੰਦ ਸੀ। ਜਦੋਂ ਇਸ ਦੇ ਨਾਲ ਦੇ ਸਾਥੀ ਆਪਣੇ ਕੰਮਾਂ ਕਾਰਾਂ ਤੋਂ ਵਾਪਸ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਦਰਵਾਜ਼ਾ ਬੰਦ ਹੈ। ਖੜਕਾਉਣ ਤੇ ਵੀ ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤਾਂ ਉਹਨਾਂ ਨੇ ਦਰਵਾਜ਼ੇ ਦੀ ਝੀਤ ਤੋਂ ਝਾਤੀ ਮਾਰੀ ਜਿੱਥੋਂ ਇਹ ਨਜ਼ਰ ਆਇਆ ਕਿ ਖੂਨ ਦੀ ਉਲਟੀ ਕੀਤੀ ਹੋਈ ਹੈ ਤੀਰਥ ਨੇ ਤੇ ਫਰਸ਼ ਤੇ ਡਿੱਗਿਆ ਹੋਇਆ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ। ਦਰਵਾਜ਼ਾ ਤੋੜ ਕੇ ਜਦੋਂ ਅੰਦਰ ਦੇਖਿਆ ਤਾਂ ਤੀਰਥ ਬੇਸੁੱਧ ਪਿਆ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਸੀ ਕਿ 4 ਘੰਟੇ ਪਹਿਲਾਂ ਹੀ ਇਸ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਤੀਰਥ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਡੇਢ ਸਾਲ ਪਹਿਲਾਂ ਆਪਣੇ ਪਲੱਸ ਟੂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਕਰੀਬ ਇੱਕ ਮਹੀਨੇ ਬਾਅਦ ਹੁਣ ਇਸ ਨੌਜਵਾਨ ਦੀ ਮ੍ਰਿਤਕ ਦੇ ਘਰ 'ਚ ਪਹੁੰਚੀ ਹੈ ਜਿਸ ਨੂੰ ਦੇਖ ਕੇ ਮਾਪਿਆਂ ਦਾ ਬੁਰਾ ਹਾਲ ਹੋ ਗਿਆ। ਤਾਹਾ ਮਾਰ ਮਾਰ ਕੇ ਜਿੱਥੇ ਮਾਂ ਰੋ ਰਹੀ ਹੈ ਤੇ ਉੱਥੇ ਵੀ ਪਰਿਵਾਰ ਦੇ ਹੰਝੂ ਵੀ ਰੁਕ ਨਹੀਂ ਰਹੇ। ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕੋ ਇੱਕ ਬੁਢਾਪੇ ਦਾ ਸਹਾਰਾ ਸੀ ਜੋ ਹੁਣ ਖਤਮ ਹੋ ਗਿਆ। ਪੁੱਤ ਦੀ ਮ੍ਰਿਤਕ ਦੇਹ ਨੂੰ ਲਾੜੇ ਦੀ ਤਰ੍ਹਾਂ ਸਜਾ ਕੇ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਉਸਦਾ ਅੰਤਮ ਸੰਸਕਾਰ ਕੀਤਾ ਗਿਆ, ਪਰ ਉਸ ਦੌਰਾਨ ਵੀ ਇਸ ਮਾਂ ਦੇ ਹੰਝੂ ਇੱਕ ਪਲ ਲਈ ਵੀ ਨਹੀਂ ਰੁਕੇ। ਮਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਇੱਥੇ ਇਹਨੂੰ ਇੱਥੇ ਫਿਰ ਸੁੱਤੇ ਪੈਣ ਨੂੰ ਅਟੈਕ ਹੋਇਆ, ਜਿੱਦਾਂ ਖੂਨ ਦੀ ਉਲਟੀ ਆਈ ਇੱਥੇ ਅਤੇ ਇਕੱਲਾ ਹੀ ਸੀਗਾ ਵਾ ਕਮਰੇ ਵਿੱਚ ਅਤੇ ਬਾਕੀ ਮੁੰਡੇ ਕੰਮ 'ਤੇ ਗਏ ਹੋ ਸੀਗੇ ਜਿਹਨਾਂ ਕੋਲ ਰਹਿੰਦਾ ਸੀਗਾ ਅਤੇ ਉਹਨੇ ਵਾਪਸ ਆ ਕੇ ਜਦ ਦੇਖਿਆ ਤਾਂ ਇਹ ਕਮਰੇ ਦੇ ਅੰਦਰ ਪਿਆ ਸੀਗਾ ਅਤੇ ਉਹਨੇ ਪੁਲਿਸ ਨੂੰ ਫੋਨ ਕੁੰਡੀ ਲਾ ਕੇ ਪਿਆ ਸੀਗਾ ਜਿੱਦਾਂ ਵੀ ਜੀ ਬਾਹਰੋਂ ਦੇਖਿਆ ਵੀ ਉਹ ਖੂਨ ਦੀ ਉਲਟੀ ਆਈ ਹੋਈ ਸੀ ਅਤੇ ਪਿਆ ਸੀ ਅਤੇ ਉਹਨੇ ਪੁਲਿਸ ਨੂੰ ਫੋਨ ਕਰਕੇ ਫਿਰ ਉਹਨੂੰ ਪੁਲਿਸ ਇਹਨੂੰ ਕੁੰਡੀ ਤੋੜ ਕੇ ਅਤੇ ਇਹਨੂੰ ਫਿਰ ਲੈ ਕੇ ਗਏ। ਜਦੋਂ ਪੁਲਿਸ ਨੇ ਇਹਨੂੰ ਚੈੱਕ ਕੀਤਾ ਉਸ ਵੇਲੇ ਇਹਦੀ ਡੈਥ ਹੋ ਚੁੱਕੀ ਸੀ, 4 ਘੰਟੇ ਹੋ ਗਏ ਸੀ। ਉਸ ਟਾਈਮ ਇਹਦੇ ਕੋਲ ਕੋਈ ਹੈ ਨਹੀਂ ਸੀਗਾ। ਕਿੰਨਾ ਕੁ ਸਮਾਂ ਹੋ ਗਿਆ ਇਹਨੂੰ? ਹੋ ਗਿਆ ਜੀ 1.5 ਸਾਲ ਹੋ ਗਿਆ ਗਏ। ਕਿੰਨਾ ਪੜ੍ਹਿਆ ਸੀ ਇਹ? ਪੜ੍ਹਿਆ ਪਲੱਸ ਟੂ। ਪਲੱਸ ਟੂ ਬਾਕੀ? ਹਾਂਜੀ ਹਾਂਜੀ। ਅਤੇ ਇਹਨਾਂ ਦੇ ਇੱਕ ਦੋ ਆਪਣੇ ਤਾਏ ਦੇ ਮੁੰਡੇ ਆ ਕਨੇਡਾ ਅਤੇ ਇੱਕ ਕੱਚਾ ਆ ਅਤੇ ਇੱਕ ਪੱਕਾ ਜਿਹੜਾ ਇਹਦੀ ਬੋਡੀ ਲੈ ਕੇ ਆਇਆ ਜੀ ਸਾਡੇ ਗੁਰਵਿੰਦਰ ਸਿੰਘ। ਉਹ ਕਿੰਨੇ ਭਰਾ ਭੈਣ ਸੀਗੇ? ਇਹ ਮਾਮੇ ਦਾ ਇੱਕੋ ਹੀ ਲੜਕਾ ਆ, ਦੂਜੇ ਮਾਮੇ ਦੇ ਮੁੰਡੇ ਦੋ ਆ, ਇਹ ਇਕੱਲਾ ਹੀ ਭਰਾ ਸੀ। ਇਹ ਅਕੇਲੇ ਮੁੰਡਾ ਸੀ? ਹਾਂਜੀ। ਉਹਨਾਂ ਦੇ ਫਾਦਰ ਦੀ ਡੈਥ ਪਹਿਲਾਂ ਹੋ ਚੁੱਕੀ ਆ, ਅਮਰਜੀਤ ਸਿੰਘ ਦੀ। ਜਦ ਤੀਰਾ ਦੇ ਡੈਡੀ ਕੀ ਕੰਮ ਕਰਦੇ? ਕਿਸਾਨੀ? ਉਹ ਖੇਤੀਬਾੜੀ ਕਰਦੇ। ਖੇਤੀਬਾੜੀ? ਹਾਂਜੀ ਹਾਂਜੀ। ਸੰਸਕਾਰ ਹੋ ਗਿਆ ਜੀ? ਹਾਂਜੀ ਸੰਸਕਾਰ ਆ ਗਿਆ। ਬੋਡੀ ਲਾਉਣੇ ਬਹੁਤ ਟਾਈਮ ਲੱਗਿਆ ਨਾ, ਮਹੀਨਾ ਲੱਗਿਆ? ਬੋਡੀ 13 ਤਰੀਕ ਨੂੰ ਇਹਦੀ ਉੱਥੇ ਡੈਥ ਹੋਈ ਸੀਗੀ ਜੀ ਅਤੇ 13 ਤਰੀਕ ਨੂੰ ਹੋਣ ਦੇ ਸੰਸਕਾਰ ਹੋ ਗਏ। ਮਹੀਨਾ ਹੋ ਗਿਆ ਜੀ, ਕਿਉਂ ਕਾਗਜ਼ ਪੱਤਰ ਤਿਆਰ ਕਰਨ ਨੂੰ ਕਾਫੀ ਟਾਈਮ ਲੱਗਦਾ ਹੈ ਅਤੇ